ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਨਮਸਕਾਰ ਜੀ, ਦੇਸੀ ਕਿਚਨ ਚੈਨਲ ਨੂੰ ਤੁਹਾਡਾ ਸਵਾਗਤ ਹੈ। ਹੋਰ ਕਿੱਦਾਂ ਹੋ, ਠੀਕ ਹੋ ਸਾਰੇ? ਅਤੇ ਅੱਜ ਅਸੀਂ ਫਿਰ ਤੋਂ ਤੁਹਾਡੇ ਵਾਸਤੇ ਸੂਫੀ ਸੌਂਗ ਲੈ ਕੇ ਆਏ ਹਾਂ। ਸਾਨੂੰ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੇਗਾ। ਅਤੇ ਨਾਲ ਹੀ ਜਿਹੜੇ ਸਾਡੇ ਚੈਨਲ 'ਤੇ ਨਵੇਂ ਨੇ, ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਅਤੇ ਜਿਹੜਾ ਸੂਫੀ ਸੌਂਗ ਹੈ ਜੀ, ਆਪਾਂ ਜਿਹੜਾ ਲੈ ਕੇ ਆਏ ਹਾਂ, ਲਖਵਿੰਦਰ ਬਟਾਲੀ ਆ। ਹਾਂਜੀ, ਬਟਾਲੀ ਇਹ ਮਤਲਬ ਜਿਹੜੇ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਅਸੀਂ। ਹਾਂਜੀ, ਇਹ ਮਤਲਬ ਕਿ ਨਾ ਸੂਫੀ ਗਾਇਕੀ, ਮਤਲਬ ਸੁਰਾਂ ਦੇ, ਸੁਰਾਂ ਦਾ ਬਾਦਸ਼ਾਹ ਕਹਿ ਲਓ। ਬਿਲਕੁਲ, ਮਤਲਬ ਜਿਹੜੀ ਅੱਛੀ ਗਾਇਕੀ ਹੈ ਨਾ। ਹਾਂਜੀ ਹਾਂ, ਉਹੀ ਆ। ਮਤਲਬ ਬਹੁਤ ਹੀ ਸੋਹਣਾ ਗੀਤ ਗਾਇਆ ਹੋਇਆ। ਮੈਂ ਗੀਤ ਦੇ ਬੋਲ ਨੇ ਕਿ ਉਹ ਤੇਰਾ ਕੀ ਲੱਗਦਾ ਜਿਹੜਾ ਵਿਖਿਆ ਨਜ਼ਰ ਨਾ ਆਵੇ, ਜਿਹੜਾ ਵਿਖਿਆ ਨਜ਼ਰ ਨਾ ਆਵੇ। ਅਤੇ ਬੜਾ ਹੀ ਪਿਆਰਾ ਸੌਂਗ ਹੈ। ਅਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਜਿਹੜੀ ਅੱਛੀ ਗਾਇਕੀ ਹੈ ਨਾ, ਹਾਂਜੀ, ਉਹ ਕਿਤੇ ਨਾ ਕਿਤੇ ਲੁਪਤ ਹੁੰਦੀ ਜਾ ਰਹੀ ਹੈ। ਲੁਪਤ ਹੋ ਰਹੀ, ਬਿਲਕੁਲ ਸਹੀ। ਅਤੇ ਜਿਹੜੇ ਸੋਹਣੇ ਸੂਫੀ ਸੌਂਗ ਨੇ ਉਹ ਸੁਣਨੇ ਚਾਹੀਦੇ ਨੇ। ਚਲੋ, ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਉਹ ਵੀ, ਚਲੋ ਵੈਸਟਰਨ ਸੁਣਦੇ ਨੇ, ਵੈਸਟਰਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੋਲ ਹੋਣੇ ਚਾਹੀਦੇ ਨੇ ਜਿਹੜੇ ਕੁਝ ਸਿੱਖਣ ਨੂੰ ਮਿਲੇ, ਸਮਝ ਵੀ ਆਵੇ ਆਪਾਂ। ਹਾਂ, ਸਮਝ ਵੀ ਆਵੇ। ਅਤੇ ਬਹੁਤ ਦਿਨਾਂ ਬਾਅਦ ਅੱਜ ਵੀਡੀਓ ਅਸੀਂ ਬਣਾ ਰਹੇ ਹਾਂ ਜੀ। ਕਾਫੀ ਦਿਨ ਵੀ, ਇੱਕ ਤਾਂ ਗਰਮੀ ਬਹੁਤ ਸੀਗੀ ਜੀ, ਅਤੇ ਇੱਕ ਸਾਡੇ ਲੋਕਲ ਬਹਾਦਰਗੜ੍ਹ ਦੇ ਨੇ ਜਿਹੜੇ ਸਾਡੇ ਸਰੋਤੇ, ਉਹ ਕਹਿੰਦੇ ਨੇ ਯਾਰ ਵੀਡੀਓ ਤੁਸੀਂ ਪਾ ਹੀ ਨਹੀਂ ਰਹੇ, ਵੀ ਕੀ ਗੱਲ ਹੋ ਗਈ। ਮੈਂ ਕਿਹਾ ਜੀ ਇਸ ਤਰ੍ਹਾਂ ਕੋਈ ਚੱਕਰ ਨਹੀਂ, ਗਰਮੀ ਗੁਰਮੀ ਕਰਕੇ ਥੋੜ੍ਹਾ ਜਿਹਾ ਕੰਮ ਸੀਗਾ, ਬਿਜ਼ੀ ਸੀਗਾ। ਮੈਂ ਕਿਹਾ ਚਲੋ, ਅਤੇ ਕਰ ਜਿਹੋ ਸਰੋਤਿਆਂ ਵਾਸਤੇ ਵੀਡੀਓ ਪਾ ਦਈ ਆਪਾਂ। ਅਤੇ ਐਕਚੁਅਲੀ ਜਾਣਾ ਸੀ ਬਾਹਰ, ਸੀ ਗਰਮੀ ਬਹੁਤ ਸੀਗੀ, ਮੈਂ ਕਿਹਾ ਤੁਹਾਨੂੰ ਬਾਹਰ ਦੇ ਵੀ ਥੋੜ੍ਹੇ ਜਿਹੇ ਨਜ਼ਾਰੇ ਵਿਖਾ ਦਈਏ ਪਹਾੜੀ ਏਰੀਏ 'ਚ। ਲੇਕਿਨ ਸਾਡਾ ਟੂਰ ਆ ਥੋੜ੍ਹਾ ਜਿਹਾ ਮਿਸ ਹੋ ਗਿਆ, ਅਤੇ ਚਲੋ ਥੋੜ੍ਹਾ ਜਿਹਾ ਠੰਡਾ ਹੁੰਦਾ ਫਿਰ ਜਾਵਾਂਗੇ। ਅਤੇ ਬਾਕੀ ਤੁਸੀਂ ਸੁਣਾਓ ਜੀ, ਸਭ ਕਿਵੇਂ ਹੋ, ਰਾਜੀ ਹੋ, ਬਾਜੀ ਹੋ, ਸਭ ਠੀਕ ਹੋ? ਅਤੇ ਫਿਰ ਆਪਾਂ ਮੈਡਮ ਸ਼ੁਰੂ ਕਰੀਏ। ਹਾਂਜੀ, ਬਹੁਤ ਹੀ ਪਿਆਰਾ ਸੌਂਗ ਹੈ। ਬਿਲਕੁਲ, ਬਹੁਤ ਅੱਛਾ ਸੂਫੀ ਸੌਂਗ ਹੈ। ਹਾਂ, ਅਤੇ ਹੋ ਨਹੀਂ ਸਕਦਾ ਕਿ ਬੰਦਾ ਸੋ ਗਾਣਾ ਸੁਣ ਕੇ ਬਈ ਨੱਚੇ ਨਾ। ਸਹੀ ਗੱਲ। ਹਾਂ, ਅਤੇ ਆਪਾਂ ਕਰੀਏ ਸਟਾਰਟ ਫਿਰ ਜੀ। ਹਾਂਜੀ ਬਿਲਕੁਲ, ਲਓ ਜੀ ਆਪਾਂ ਫਿਰ ਉਹ ਸਟਾਰਟ ਕਰਦੇ ਹਾਂ। ਅਤੇ ਤੁਸੀਂ ਵੀ ਸੁਣਨਾ ਸੌਂਗ, ਅਤੇ ਅਸੀਂ ਵੀ, ਆਪਾਂ ਵੀ ਸੁਣਾਂਗੇ ਸੌਂਗ, ਯਾਨੀ ਕਿ ਅਸੀਂ ਵੀ ਸੌਂਗ ਸੁਣਾਂਗੇ। ਅਤੇ ਸੁਣ ਕੇ ਫਿਰ ਤੁਸੀਂ ਦੱਸਿਓ ਜੀ ਕਿਸ ਤਰ੍ਹਾਂ ਦਾ ਲੱਗਾ। ਬਹੁਤ ਅੱਛਾ ਲੱਗੇਗਾ ਜਨਾਬ, ਅਤੇ ਆਪਾਂ ਫਿਰ ਕਰਦੇ ਹਾਂ ਪਲੇ। ਹਾਂਜੀ, ਜੇ ਤੇਰਾ ਉਹ ਕੁਝ ਨਹੀਂ ਲੱਗਦਾ ਤੂੰ ਕੀ ਉਤੋਂ ਲੈਣਾ, ਜੇ ਤੇਰਾ ਉਹ ਕੁਝ ਨਹੀਂ ਲੱਗਦਾ ਤੂੰ ਕੀ ਉਤੋਂ ਲੈਣਾ, ਜੇ ਤੇਰਾ ਕੁਝ ਲੱਗਦਾ ਤੇ ਤੈਨੂੰ ਸਭ ਨੂੰ ਦੱਸਣਾ ਪੈਣਾ ਨੀ। ਉਹ ਤੇਰਾ ਕੀ ਲੱਗਦਾ, ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ। ਤੂੰ ਕੀ ਉਤੋਂ ਲੈਣਾ, ਜੇ ਤੇਰਾ ਉਹ ਕੁਝ ਨਹੀਂ ਲੱਗਦਾ ਤੂੰ ਕੀ ਉਤੋਂ ਲੈਣਾ, ਜੇ ਤੇਰਾ ਉਹ ਕੁਝ ਨਹੀਂ ਲੱਗਦਾ ਤੂੰ ਕੀ ਉਤੋਂ ਲੈਣਾ, ਜੇ ਤੇਰਾ ਕੁਝ ਲੱਗਦਾ ਤੇ ਤੈਨੂੰ ਸਭ ਨੂੰ ਦੱਸਣਾ ਪੈਣਾ ਨੀ। ਉਹ ਤੇਰਾ ਕੀ ਲੱਗਦਾ, ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ। ਕੂੜੀ ਆ ਕੇ ਪੁੱਛੇ ਆਖੇ ਸਭ ਗੱਲ
ओ तेरा की लगदा की लगदा जेड़ा लुकिया ना घर नहीं आउंदा ओ तेरा की लगदा जेड़ा लुकिया ना घर नहीं आउंदा ओ तेरा की लगदा जेड़ा लुकिया ना घर नहीं आउंदा पर्दे विच ते हर कोई लुकदा ओ लुकिया फे पर्दा पर्दे विच ते हर कोई लुकदा ओ लुकिया फे पर्दा पर्दे विच ते हर कोई लुकदा ओ लुकिया फे पर्दा रात दिन किते इश्क चरों में किते दीद बिना नहीं करदा रात दिन किते इश्क चरों में किते दीद बिना नहीं करदा सच्ची गल मंसूर ने दसी कादियां सजा सुनाई सच्ची गल मंसूर ने दसी कादियां सजा सुनाई तू भी सच सच दस दे नियरी है गल तेरे से आई नहीं ओ तेरा ओ तेरा ओ तेरा की लगदा जेड़ा लुकिया ना ओ तेरा की लगदा जेड़ा लुकिया ना घर नहीं आउंदा ओ तेरा की लगदा जेड़ा लुकिया ना घर नहीं आउंदा मतलब हिसाब किताब कुछ
ਤੇ ਮਤਲਬ ਇਸ ਤਰ੍ਹਾਂ ਨਾ ਗੱਲਾਂ ਜੇ ਤੁਸੀਂ ਬੜੇ ਧਿਆਨ ਤੇ ਪਿਆਰ ਨਾਲ ਸਤਿਕਾਰ ਨਾਲ ਸੁਣੋਗੇ ਆਨੰਦ ਬਹੁਤ ਆਏਗਾ। ਹਾਂਜੀ ਬਿਲਕੁਲ, ਕਿਉਂਕਿ ਜਿਹੜਾ ਮਿਊਜ਼ਿਕ ਹੈ ਨਾ, ਮਿਊਜ਼ਿਕ ਗਾਣਾ ਉਹੀ ਵਧੀਆ ਹੁੰਦਾ ਹੈ ਜਿਹੜਾ ਮਤਲਬ ਕਿ ਸਮਝ ਆਵੇ, ਅੱਛਾ ਲੱਗੇ ਸੁਣਨ 'ਚ ਸੂਫੀ ਸੌਂਗ। ਮੇਰੇ ਕਹਿਣ ਦਾ ਮਤਲਬ ਇਹ ਹੈ ਬਈ ਜਿਹੜੀ ਚੀਜ਼ ਤੁਹਾਨੂੰ ਰਸ ਦੇ ਰਹੀ ਹੈ, ਬਿਲਕੁਲ ਜਿਹੜੀ ਚੀਜ਼ ਰਸ ਦੇ ਰਹੀ ਹੈ, ਉਹ ਸੌਂਗ ਸੁਣ ਕੇ, ਉਹ ਮਿਊਜ਼ਿਕ ਸੁਣ ਕੇ ਤੁਹਾਡੀ ਰੂਹ ਜਿਹੜੀ ਹੈ ਨਾ ਖੁਸ਼ ਹੋ ਜਾਏਗੀ, ਮਜ਼ਾ ਆ ਜਾਂਦਾ ਸੁਣ ਕੇ। ਕਿਤੇ ਕਈ ਸੌਂਗ ਮੈਂ ਐਸੇ ਦੇਖੇ ਨੇ ਉਹ ਜੇ ਸਟਾਰਟ ਵੀ ਨਹੀਂ ਹੁੰਦੇ ਸਿਰ ਦੁਖਾਉਣ ਲੱਗ ਜਾਂਦਾ, ਬੋਰ ਹੋ ਜਾਂਦਾ, ਬੋਰ ਹੋ ਜਾਂਦਾ ਬੰਦਾ ਨਾ ਤਾਂ ਉਹਦੇ ਮਤਲਬ ਕਿ ਜਿਹੜੇ ਲਫ਼ਜ਼ ਨੇ ਨਾ, ਲਫ਼ਜ਼ ਲਫ਼ਜ਼ ਔਰ ਮਿਊਜ਼ਿਕ, ਲਫ਼ਜ਼ ਔਰ ਮਿਊਜ਼ਿਕ ਔਰ ਗਾਣ ਵਾਲੇ ਦਾ ਤਰੀਕਾ, ਇਹ ਲਫ਼ਜ਼ ਉਹ ਨੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਪਾਕ ਪਵਿੱਤਰ, ਪਾਕ ਪਵਿੱਤਰ ਉਹ ਇਹ ਅਲਫਾਜ਼ ਨੇ। ਹਾਂ, ਕਿਉਂਕਿ ਮਨਸੂਰ ਜਿਹੜੇ ਸੀ ਨਾ, ਮਨਸੂਰ ਦੀ ਵੀ ਗੱਲ ਕਹੀ ਉਹਨਾਂ ਨੇ, ਕਹੀ ਹੈ ਹਾਂਜੀ, ਸੌਂਗ ਦੇ ਵਿੱਚ ਮਨਸੂਰ ਸੀਗੇ, ਮਨਸੂਰ ਜਿਹੜੇ ਹੋਏ ਨੇ ਭਗਤ ਸੀਗੇ, ਉਹ ਕਹਿੰਦੇ ਨੇ ਇਨਸਾਨ ਦੇ ਅੰਦਰ ਹੀ ਭਗਵਾਨ ਹੈ, ਅਤੇ ਉਹਨਾਂ ਨੂੰ ਸੂਲੀ ਚੜ੍ਹਾਤਾ ਸੀਗਾ, ਇਨਸਾਨ ਦੇ ਅੰਦਰ ਭਗਵਾਨ ਸੀ, ਅਤੇ ਉਹ ਕਹਿੰਦੇ ਨੇ ਬਈ ਇਨਸਾਨ ਹੀ ਇਬਾਦਤ ਦੇ ਲਾਇਕ ਹੈ, ਮਤਲਬ ਉਹ ਚੀਜ਼ ਹੈ ਇਨਸਾਨ ਦੇ ਅੰਦਰ ਹੀ ਸਭ ਕੁਝ ਹੈ। ਬਈ ਜਿਸ ਤਰ੍ਹਾਂ ਬਾਬਾ ਜੀ ਵੀ ਕਹਿੰਦੇ ਨੇ ਵੀ ਕਿਧਰੇ ਜਾਣ ਦੀ ਲੋੜ ਨਹੀਂ ਹੈਗੀ, ਅੰਦਰ ਹੀ ਹੈ, ਅੰਦਰ ਹੀ ਸਾਰਾ ਕੁਝ ਹੈ, ਵੀ ਸਭ ਕੁਝ ਅੰਦਰ ਸਮਾਇਆ ਬੰਦੇ ਨੇ, ਉਹਦੇ ਵਾਸਤੇ ਥੋੜ੍ਹਾ ਜਿਹਾ ਕੁ 5-10 ਮਿੰਟ ਰੋਜ਼ ਬੰਦੇ ਨੂੰ ਕੱਢਣੇ ਚਾਹੀਦੇ ਨੇ। ਬਾਕੀ ਇਹ ਗੱਲ ਹੈ ਵੀ ਇਨਸਾਨ ਕੇ ਮਨ ਮੇ ਹੀ ਸ਼ਿਵ ਧਾਮ ਹੈ, ਇਨਸਾਨ ਕੇ ਮਨ ਮੇ ਹੀ ਸ਼ਿਵ ਧਾਮ, ਮਨ ਮੇ ਹੀ ਸ਼ਿਵ ਧਾਮ ਹੈ, ਮੇਰਾ ਕੰਮ ਹੀ ਮੇਰਾ ਰਾਮ ਹੈ। ਕਿਉਂਕਿ ਜਿਹੜਾ ਕੰਮ ਹੈ ਨਾ, ਉਹ ਬਹੁਤ ਜ਼ਰੂਰੀ ਹੈ ਜਨਾਬ, ਕੰਮ ਕਰਾਂਗੇ ਤਾਂ ਰੋਟੀ ਮਿਲੇਗੀ। ਜਿਹੜੀ ਸਾਡੀ ਅਸੀਂ ਸਵੇਰੇ ਉੱਠਦੇ ਹਾਂ, ਮੰਦਰ ਜਾਈਦਾ, ਧੂਫ ਅਗਰਬੱਤੀ ਕਰੀਦੀ ਹੈ, ਉਹ ਇੱਕ ਸਾਡੀ ਇੱਕ ਲਹਿਰਾ ਚੈਪਟਰ ਹੈ ਕਿ ਅਸੀਂ ਯਾਦ ਰੱਖ ਰਹੇ ਹਾਂ ਪਰਮਾਤਮਾ ਨੂੰ, ਉਹ ਇੱਕ ਲਕਸ਼ ਹੈ ਸਾਨੂੰ ਵੀ ਪਰਮਾਤਮਾ ਨੂੰ ਯਾਦ ਜ਼ਰੂਰ ਰੱਖੋ, ਲੇਕਿਨ ਕੰਮ ਇਨਸਾਨ ਨੂੰ ਖੁਦ ਕਰਨਾ, ਕੰਮ ਵੀ ਜ਼ਰੂਰੀ ਹੈ, ਕੰਮ ਕਰੋਗੇ ਤਾਂ ਕਈ ਫਾਇਦੇ ਨੇ, ਇੱਕ ਤਾਂ ਪੈਸਾ ਆਏਗਾ, ਇੱਕ ਤੁਹਾਡਾ ਜਿਹੜਾ ਸਰੀਰ ਹੈ ਉਹ ਸੈੱਟ ਰਹੇਗਾ, ਅਤੇ ਇੱਕ ਹੋਰ ਵੀ ਨਾਲ ਨਾਲ ਥੋੜ੍ਹੀ ਜਿਹੀ ਕੰਮ ਜੀ ਗੱਲ ਦੱਸ ਦਈਏ ਆਪਾਂ, ਬਈ ਜਿਸ ਤਰ੍ਹਾਂ ਹੁਣ ਗਰਮੀ ਅੱਜ ਕੱਲ੍ਹ, ਅਤੇ ਸਾਡੇ ਕਈ ਸਰ ਉੱਥੇ ਨੇ ਏ ਸੀ ਵੀ ਲਾਏ ਹੋਣਗੇ, ਪੱਖੇ ਤਾਂ ਕੂਲਰ ਵਾਲੇ ਚੱਲ ਠੀਕ ਨੇ ਬੰਦੇ, ਅਤੇ ਮੈਂ ਕਹਿੰਦਾ ਜਿਹੜਾ ਏ ਸੀ ਹੈ ਉਹ ਵੀ ਮਤਲਬ ਉਹਦੇ ਅੰਦਰ ਵੀ ਘੱਟ ਰਹੋ, ਚਲਾਓ ਜ਼ਰੂਰ 26-27 'ਤੇ ਚਲਾ ਲਓ ਉਹਨੂੰ, ਘੱਟ ਹਾਂਜੀ ਘੱਟ ਚਲਾਓ, ਅਤੇ ਮਤਲਬ ਜਿਹੜੀ ਬਾਹਰ ਦੀ ਜਿਹੜੀ ਧੁੱਪ ਹੈ ਨਾ, ਉਹ ਵੀ ਬਹੁਤ ਜ਼ਰੂਰੀ ਹੈ ਜਨਾਬ, ਉਹ ਵੀ ਗਰਮੀ ਨਿਕਲਣੀ ਬਹੁਤ ਜ਼ਰੂਰੀ ਹੈ। ਜਦੋਂ ਦੇਖੋ ਜਦੋਂ ਘਬਰਾਹਟ ਜਿਹੀ ਹੋ ਰਹੀ ਮਹਿਸੂਸ, ਗਰਮੀ ਜਾਂ ਬਰਦਾਸ਼ਤ ਨਹੀਂ ਕਰਦਾ, ਅਤੇ ਤੁਸੀਂ ਏ ਸੀ ਚਲਾ ਸਕਦੇ ਹੋ। ਮੇਰੇ ਕਹਿਣ ਦਾ ਮਤਲਬ ਹੈ ਵੀ ਉਹ ਜਿਹੜਾ ਪਸੀਨਾ ਨਿਕਲਦਾ ਨਾ, ਉਹ ਸਾਡੇ ਸਰੀਰ ਨਾਲ ਹੀ ਰਿਲੇਟਡ ਹੈ, ਭਗਵਾਨ ਦਾ ਨਾਮ ਤੁਸੀਂ ਤਾਂ ਹੀ ਲੈ ਸਕੋਗੇ ਜੇ ਤੁਹਾਡੇ ਸਰੀਰ ਕਾਇਮ ਹੈ, ਕਾਇਮ ਹੈ, ਸੈੱਟ ਹੈ ਸਰੀਰ, ਫਿਰ ਬੈਠਣ ਜੋਗੇ ਹੋ ਤੇ ਤਾਂ ਹੀ ਭਗਵਾਨ ਦਾ ਨਾਮ ਲਿਆ ਜਾਏਗਾ, ਉਧਰੋਂ ਬੈਠਾ ਨਾ ਜਾਂਦਾ ਹੋਵੇ ਤਾਂ ਭਗਵਾਨ ਕੀ ਕਰੂਗਾ। ਵਾਹ ਜੀ ਵਾਹ, ਕਿਉਂਕਿ ਭਗਵਾਨ ਵੀ ਉਹਦੀ ਮਦਦ ਕਰਦਾ ਜਿਹੜਾ ਆਪਣੀ ਖੁਦ ਦੀ ਮਦਦ ਕਰਦਾ। ਖਾਣ ਪੀਣ ਦਾ ਖਿਆਲ ਰੱਖੋ, ਸਹੀ ਤਰੀਕੇ ਨਾਲ ਖਾਓ, ਲਿਮਿਟ ਨਾਲ ਖਾਓ, ਇਹ ਨਹੀਂ ਵੀ ਕਿ ਆਪਾਂ ਪੇਟ ਭਰ ਕੇ ਹੀ ਖਾ ਲੈਣਾ, ਨਹੀਂ। ਤੁਹਾਡੀ ਸਿਹਤ ਦਾ ਕੀ ਰਾਜ ਹੈ, ਤੁਸੀਂ ਕੀ ਕੁਝ ਖਾਂਦੇ ਹੋ, ਦੱਸੋ ਸਰੋਤਿਆਂ ਨੂੰ। ਜਿਹੜੀਆਂ ਇੱਕ ਮਿੰਟ ਜੀ, ਨਾਲੇ ਮੈਂ ਤੁਹਾਨੂੰ ਇੱਕ ਗੱਲ ਦੋਸਤ ਹੋਰ ਦੱਸਦਿਆਂ, ਜਿਹੜੀਆਂ ਤਾਂ ਇਹਦੇ ਨਾਲ ਦੀਆਂ ਸੀਗੀਆਂ ਕੁੜੀਆਂ, ਮੈਂ ਉਹਨਾਂ ਨੂੰ ਮਿਲਦੇ ਹੁੰਦੇ, ਅਸੀਂ ਨਾਲ ਹੁੰਦੇ ਹਾਂ ਅਤੇ ਮਿਲਦੇ ਹੁੰਦੇ ਹਾਂ ਅਸੀਂ, ਬਾਜ਼ਾਰ 'ਚ ਮਿਲ ਜਾਂਦੀਆਂ, ਅਤੇ ਮਤਲਬ ਬਹੁਤ ਜ਼ਿਆਦਾ ਬੁਰਾ ਹਾਲ ਹੈ, ਖਾ ਖਾ ਕੇ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ, ਅਤੇ ਅੱਜ ਮੈਂ ਇਹਨਾਂ ਨੂੰ ਦੱਸਾਂਗਾ ਵੀ ਇਹ ਇਸ ਤਰ੍ਹਾਂ ਰਹਿੰਦੇ ਨੇ, ਅਤੇ ਇਹਨਾਂ ਦਾ ਕੀ ਖਾਣ ਪੀਣ ਦਾ ਹਿਸਾਬ ਕਿਤਾਬ ਦੱਸੋ ਜੀ। ਮੇਰਾ ਖਾਣ ਪੀਣ ਵਾਲਾ ਜ਼ਿਆਦਾ ਨਹੀਂ ਹੈਗਾ, ਜਿਵੇਂ ਸਵੇਰੇ ਆਪਾਂ ਉੱਠੇ ਹਾਂ, ਪਹਿਲਾਂ ਪਾਣੀ ਪੀਓ ਥੋੜ੍ਹਾ ਜਿਹਾ, ਫਿਰ ਬਾਅਦ 'ਚ ਚਾਹ ਪੀ ਲਓ, ਅਤੇ ਮਤਲਬ ਫੁਲਕੇ ਆਪਣੇ ਦੋ ਹੀ ਨੇ ਨਾਸ਼ਤੇ ਨਾਲ, ਅਤੇ ਦੁਪਹਿਰ ਨੂੰ ਆਪਾਂ ਫਰੂਟ ਵਗੈਰਾ ਜ਼ਰੂਰ ਲੈ ਲਈਦਾ, ਮਤਲਬ ਇਹ ਨਹੀਂ ਹੈਗਾ ਵੀ ਆਪਾਂ ਦੁਪਹਿਰੀ ਜ਼ਰੂਰੀ ਰੋਟੀ ਹੀ ਖਾਣੀ ਹੈ, ਫਰੂਟ ਲੈ ਲਓ। ਅੱਛਾ, ਰਾਤ ਨੂੰ ਤਾਂ ਆਪਣਾ ਪ੍ਰਸ਼ਾਦ ਦੇ ਤੌਰ 'ਤੇ ਹੁੰਦਾ ਖਾਣਾ, ਇਹ ਨਹੀਂ ਰੱਜ ਕੇ ਨਹੀਂ ਰੋਟੀ ਖਾਣੀ, ਰੱਜ ਕੇ ਨਹੀਂ ਰੋਟੀ ਖਾਣੀ। ਤੋ ਦੇਖੋ ਜੀ, ਮੈਨੂੰ ਵੀ ਇਹਨਾਂ ਨੇ ਪੂਰਾ ਕੰਟਰੋਲ 'ਚ ਰੱਖਿਆ, ਨਹੀਂ ਤਾਂ ਮੇਰਾ ਢਿੱਡ ਇੱਥੋਂ ਤੱਕ ਹੋਣਾ ਸੀ। ਜਿਹੜਾ ਸਾਡੇ ਸਰੀਰ ਨੂੰ ਥੋੜੀ ਜਿਹੀ ਮੈਂ ਗੱਲ ਹੋਰ ਦੱਸਦਿਆਂ, ਤੁਸੀਂ ਵੀ ਇਹ ਵੀ ਸਰੋਤੇ ਵੀ ਸਾਡੇ ਕਹਿੰਦੇ ਹੋਣਗੇ, ਕਦੀ ਇਹ ਬਾਬੇ ਬਣ ਜਾਂਦੇ ਨੇ, ਕਦੀ ਇਹ ਡਾਕਟਰ ਬਣ ਜਾਂਦੇ ਨੇ, ਪਰ ਇਹ ਸਾਡਾ ਨਾ ਦੱਸਣ ਦਾ ਥੋੜਾ ਜਿਹਾ ਵਧੀਆ ਸਾਨੂੰ ਲੱਗਦਾ। ਦਰਅਸਲ ਗੱਲ ਇਹ ਹੈ ਕਿ ਜਦੋਂ ਤੁਸੀਂ ਮਤਲਬ ਘੱਟ ਖਾਓਗੇ ਨਾ, ਮਤਲਬ ਜਿੰਨੇ ਕਿ ਤੁਹਾਡੀ ਸਰੀਰ ਦੀ ਰਿਕੁਆਇਰਮੈਂਟ ਹੈ, ਜਿਹੜਾ ਜਨਾਬ ਸਾਡੇ ਸਰੀਰ ਦੀ ਰਿਕੁਆਇਰਮੈਂਟ ਹੈ ਉਹ ਗ੍ਰਾਮਾਂ 'ਚ ਪੂਰੀ ਹੋ ਜਾਂਦੀ ਹੈ। ਜਿਵੇਂ 10 ਗ੍ਰਾਮ ਸਬਜ਼ੀ ਲੈ ਲਓ, 10-15 ਗ੍ਰਾਮ ਫੁਲਕੇ ਲੈ ਲਓ, ਥੋੜ੍ਹੇ ਜਿਹੇ ਕੁ ਜੂਸ ਹੋ ਗਏ, ਫਰੂਟ ਹੋ ਗਏ, ਫਰੂਟ ਬਹੁਤ ਵਧੀਆ ਰਹਿੰਦੇ, ਫਰੂਟ ਜ਼ਰੂਰ ਖਾਣੇ ਚਾਹੀਦੇ ਨੇ। ਮਹਾਰਾਜ ਮੈਂ ਕਹਿੰਦਾ ਵੀ ਗ੍ਰਾਮਾਂ 'ਚ ਖਾਣਾ, ਗ੍ਰਾਮ ਗ੍ਰਾਮ ਕਿਲੋਆਂ ਦੇ ਹਿਸਾਬ ਨਾਲ ਨਹੀਂ ਖਾਣਾ। ਔਰ ਮਿੱਠਾ ਤਲਿਆ ਤਾਂ ਬਿਲਕੁਲ ਹੀ ਜ਼ਿੰਦਗੀ 'ਚ ਮਤਲਬ ਕੱਢ ਹੀ ਦਿਓ, ਉਹਨੂੰ ਤਾਂ ਖਾਓ। 35-40 ਸਾਲ ਤੋਂ ਬਾਅਦ ਤਾਂ ਮਿੱਠਾ ਖਾਓ ਹੀ ਨਾ, ਸਾਡੀ ਰਾਏ ਹੈ, ਜੇ ਤੁਸੀਂ ਐਨ ਫਿੱਟ ਰਹਿਣਾ ਜੀ, ਮਿੱਠਾ ਨਾ ਖਾਓ, ਤਲਿਆ ਨਾ ਖਾਓ, ਠੀਕ ਹੈ ਜੀ।
ਹੌਟ ਡੋਗ ਫਲਾਣਾ ਡੋਗ ਬਰਗਰ ਪੀਜ਼ਾ ਪਤਾ ਨਹੀਂ ਕਿਹੜੇ ਕਿਹੜੇ ਡੋਗ ਤੇ ਚਲੋ ਹੁਣ ਤਾਂ ਖੈਰ ਬੰਦ ਹੋ ਗਏ ਨੇ ਬਹੁਤ ਵਧੀਆ ਗੱਲ ਹੈ ਤੇ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਲਿਮਿਟ 'ਚ ਜੂਸ ਵਗੈਰਾ ਜ਼ਿਆਦਾ ਲਓ ਜੂਸ ਤਾਂ ਬਹੁਤ ਵਧੀਆ ਰਹਿੰਦਾ ਜਿਵੇਂ ਮੈਂਗੋ ਦਾ ਹੁਣ ਅੱਜ ਕੱਲ੍ਹ ਸੀਜ਼ਨ ਹੈ ਮੈਂਗੋ ਤੁਸੀਂ ਦੁੱਧ 'ਚ ਲੈ ਸਕਦੇ ਲੈ ਲਓ ਮਸੰਮੀ ਵਾਲਾ ਜਿਹੜਾ ਕੋਈ ਵੀ ਮਸੰਮੀ ਲੈ ਲਓ ਕਿਨੂੰ ਲੈ ਲਓ ਤੇ ਆਪਣਾ ਜਿਵੇਂ ਅੱਜ ਕੱਲ੍ਹ ਨਿੰਬੂ ਦੀ ਸਿਕੰਜਮੀ ਉਹ ਪੀਓ ਜ਼ਿਆਦਾ ਨਿੰਬੂ ਬਹੁਤ ਵਧੀਆ ਹੁਣ ਸਿਕੰਜਮੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਬਹੁਤ ਵਧੀਆ ਹੁਣ ਗਰਮੀ 'ਚ ਗਰਮੀ 'ਚ ਬਹੁਤ ਵਧੀਆ ਤੇ ਚਲੋ ਜੀ ਗੱਲਾਂ ਤਾਂ ਬਹੁਤ ਹੋ ਗਈਆਂ ਮੈਂ ਵੀ ਇਹੀ ਕਹਿਣਾ ਚਾਹਾਂਗੀ ਵੀ ਜੇ ਆਪਾਂ ਘੱਟ ਖਾਵਾਂਗੇ ਨਾ ਆਪਾਂ ਤੰਦਰੁਸਤ ਰਵਾਂਗੇ ਐਕਟਿਵ ਰਵਾਂਗੇ ਜੇ ਆਪਾਂ ਜ਼ਿਆਦਾ ਖਾਵਾਂਗੇ ਨਾ ਆਲਸੀ ਹੋ ਜਾਵਾਂਗੇ ਬਿਲਕੁਲ ਬਿਲਕੁਲ ਸੁੱਤੇ ਰਵਾਂਗੇ ਬੈੱਡ ਤੇ ਉਹ ਇਹੋ ਜਿਹੀ ਜ਼ਿੰਦਗੀ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਉਹ ਜ਼ਿੰਦਗੀ ਕੀ ਹੈ ਜਿਹੜੀ ਬੈੱਡ ਤੇ ਪੈ ਕੇ ਸੌ ਕੇ ਗੁਜ਼ਾਰਦੇ ਹੋ ਜ਼ਿੰਦਗੀ ਅਸੀਂ ਤੁਹਾਨੂੰ ਕਿਵੇਂ ਲੱਗਦੀ ਉਹ ਜ਼ਿੰਦਗੀ ਬਹੁਤ ਬੇਕਾਰ ਹੈ ਮੈਨੂੰ ਵੀ ਕੋਈ ਨਹੀਂ ਚੰਗੀ ਲੱਗਦੀ ਉਹ ਜ਼ਿੰਦਗੀ ਮੈਂ ਤਾਂ ਕਹਿੰਦਾ ਸਰੀਰ ਮਤਲਬ ਐਨ ਹੋਵੇ ਬਸ ਐਕਟਿਵ ਹੋਵੇ ਅੱਖਾਂ ਖੁੱਲੀਆਂ ਹੋਣ ਆਪਾਂ ਨੂੰ ਪਤਾ ਲੱਗੇ ਵੀ ਆਲੇ ਦੁਆਲੇ ਆਪਣੇ ਕੀ ਹੋ ਰਿਹਾ ਹੋਸ਼ ਹੋਵੇ ਜਾਂਦੀ ਆਪਾਂ ਨੂੰ ਸੋਣਾ ਜਨਾਬ ਰਾਤ ਨੂੰ ਹੀ ਚਾਹੀਦਾ ਰਾਤ ਸੋਣ ਵਾਸਤੇ ਹੈ ਦਿਨ ਆਪਣਾ ਕੰਮ ਕਰੋ ਦਿਨ ਨੂੰ ਕੰਮ ਕਰੋ ਰਾਤ ਨੂੰ ਸੋ ਟਾਈਮ ਨਾਲ ਸੋ 10 ਵਜੇ 10:30 ਵਜੇ ਸੋ ਜਾਓ ਆਪਣਾ ਸਵੇਰੇ ਤੁਸੀਂ ਆਰਾਮ ਨਾਲ ਤੰਦਰੁਸਤ ਉੱਠੋਗੇ ਬਿਲਕੁਲ ਤੇ ਇਹ ਜਿਹੜਾ ਤੁਸੀਂ ਸਾਨੂੰ ਨੱਚਦਾ ਵੇਖਦੇ ਹੋ ਨਾ ਮੈਨੂੰ ਇਹ ਇਹਦਾ ਰਾਜ ਹੀ ਇਹੀ ਹੈ ਇਹ ਬਹੁਤ ਘੱਟ ਖਾਂਦੇ ਨੇ ਚਾਹ ਵੀ ਇਹਨਾਂ ਦੀ ਥੋੜੀ ਲਿਮਿਟ 'ਚ ਹੀ ਹੈ ਜ਼ਿਆਦਾ ਨਹੀਂ ਪੀਂਦੇ ਹੈਗੇ ਅੱਛਾ ਇੱਕ ਵਾਰੀ ਇਹ ਪਿੱਛੇ ਮੈਂ ਦੱਸ ਦਿਆ ਹੋਣਾ ਮੈਂ ਇੱਕ ਵੀਡੀਓ ਪਾਈ ਸੀ ਪਿੱਛੇ ਆਪਾਂ ਤੇ ਸਾਨੂੰ ਕਹਿੰਦੇ ਨੇ ਉਹ ਮਹਾਰਾਜ ਤੁਸੀਂ ਕਿਵੇਂ ਹਿੱਲੀ ਜਾਂਦੇ ਹੋ ਕਹਿੰਦਾ ਹਾਂ ਬੋਲ ਰਹੇ ਸੀ ਕਹਿੰਦੇ ਮੈਨੂੰ ਲੱਗਦਾ ਉਹ ਕਹਿੰਦੇ ਰਾਤ ਦੀ ਪਿੱਤੀ ਉਤਰੀ ਨਹੀਂ ਹੈਗੀ ਕਿਸੇ ਨੇ ਕਮੈਂਟ ਕਰਿਆ ਸੀ ਕਿਸੇ ਨੇ ਕਮੈਂਟ ਕਰਿਆ ਸੀ ਕਹਿੰਦੇ ਜਨਾਬ ਕਿਵੇਂ ਤੁਸੀਂ ਰਾਤ ਦੀ ਪਿੱਤੀ ਉਤਰੀ ਨਹੀਂ ਕਿਵੇਂ ਹਿੱਲ ਰਹੇ ਹੋ ਉਹ ਮੈਂ ਕਹਾਂ ਜੀ ਸਾਨੂੰ ਬਿਨਾ ਪੀਣ ਤੋਂ ਨਸ਼ਾ ਰਹਿੰਦਾ ਇਹ ਤਾਂ ਇਸ ਤਰ੍ਹਾਂ ਹੀ ਰਹਿੰਦੇ ਨੇ ਵੈਸੇ ਹੀ ਇਹ ਪੀਂਦੇ ਨਹੀਂ ਹੈਗੇ ਬਿਲਕੁਲ ਨਾ ਆਪਾਂ ਕੁਝ ਵੀ ਨਹੀਂ ਖਾਂਦੇ ਆਪਾਂ ਬਿਨਾ ਪੀਣ ਤੋਂ ਫੁੱਲਾਂ ਤੇ ਰਹਿੰਦੇ ਆ ਫੁੱਲਾਂ ਤੇ ਤਾਂ ਇਹ ਤਾਂ ਇੱਦਾਂ ਰਹਿੰਦੇ ਨੇ ਕਿਉਂਕਿ ਆ ਪੀਂਦੇ ਨਹੀਂ ਹੈਗੇ ਕਿਉਂਕਿ ਸੜਿਆ ਜਾਂ ਮੂੰਹ ਬਣਾ ਲਓ ਬੋਲੋ ਨਾ ਕਿਸੇ ਨਾਲ ਇੱਧਰ ਜਾ ਰਹੇ ਇੱਧਰ ਉਹ ਤਾਂ ਕੋਈ ਫਾਇਦਾ ਨਹੀਂ ਐਨ ਰਹੋ ਕਿ ਜ਼ਿੰਦਗੀ ਇੱਕ ਵਾਰ ਮਿਲਣੀ ਹੈ ਉਹਨੂੰ ਸਹੀ ਤਰੀਕੇ ਨਾਲ ਬਿਲਕੁਲ ਬਿਲਕੁਲ ਤੇ ਮੈਂ ਤੇ ਆਪਾਂ ਨੂੰ ਉਸੇ ਤਰੀਕੇ ਨਾਲ ਹੀ ਹੈ ਤੇ ਮੈਡਮ ਹੋਰਾਂ ਨੂੰ ਕਹਿ ਦਿੰਦਾ ਵੀ ਇਹ ਚੀਜ਼ ਖਾਣੀ ਆਪਾਂ ਬਣਾ ਦਿੰਦੇ ਨੇ ਬਿਲਕੁਲ ਜਿਹੜੀ ਖਾਣੀ ਚੀਜ਼ ਅੱਛੀ ਹੈ ਸਰੀਰ ਵਾਸਤੇ ਆਪਾਂ ਤਿਆਰ ਹਾਂ ਜੀ ਬਣਾਉਣ ਤੇ ਟਾਈਮ ਤੇ ਖਾਣਾ ਟਾਈਮ ਤੇ ਸੋਣਾ ਠੀਕ ਹੈ ਜੀ ਤਲਿਆ ਸਮਾਨ ਬਾਜ਼ਾਰ ਤਾਂ ਘੱਟ ਖਾਓ ਮਿੱਠਾ ਤੇ ਬਿਲਕੁਲ ਹੀ ਘੱਟ ਖਾਓ ਮਿੱਠਾ ਬਿਲਕੁਲ ਹੀ ਛੱਡ ਦਿਓ ਬਿਲਕੁਲ ਹੀ ਛੱਡ ਦਿਓ ਪਰਾਂ ਕਰ ਦਿਓ ਮਿੱਠੇ ਨੂੰ ਸ਼ੂਗਰ ਬਹੁਤ ਫੈਲ ਰਹੀ ਹੈ ਹਾਂ ਮਿੱਠਾ ਬੰਦ ਕਰ ਦਿਓ ਤਲਿਆ ਵੀ ਬੰਦ ਕਰ ਦਿਓ ਵਿਆਹਾਂ 'ਚ ਜਾਂਦੇ ਸ਼ਕਰ ਪਾਉਂਦੇ ਅਗਲਾ ਕਹਿੰਦਾ ਖਾ ਲਈਏ ਉਹ ਰਾਸ਼ਨ ਪਕਾਉਣਾ ਢਿੱਡ ਦੇ ਆਪਣਾ ਬਿਲਕੁਲ ਪੇਟ ਤਾਂ ਆਪਣਾ ਹੀ ਹੈ ਬਸ ਮਿਲਾਂਗੇ ਜ਼ਰੂਰ ਅਗਲੀ ਵੀਡੀਓ 'ਚ ਮੈਂ ਨਾਲ ਨਾਲ ਇਹ ਵੀ ਕਹਿਣ ਲੱਗਾ ਸੀ ਕਰ ਦਿਆ ਕਰੋ ਯਾਰ ਕਰ ਦਿਆ ਕਰੋ ਸਬਸਕ੍ਰਾਈਬ ਪਲੀਜ਼ ਜਨਾਬ ਕਰ ਦਿਆ ਕਰੋ ਹਾਂਜੀ ਸ਼ੁਕਰੀਆ ਮਿਹਰਬਾਨੀ